विदेश देके लख रुपए की ठगी मारन वाले एक ठग फर्जी ट्रेवल एजेंट डी एस संधु दे खिलाफ थाना सिटी खरड़ सैक्शन चार सौ छे चार सौ भी इमीग्रेष्ठ एक्ट चौबी तहत ठगी का मामला दर्ज किया गया है यह ठग पहला भी कई लोग लुट चुके हन। आओ देखिए खास रिपोर्ट ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਧੋਖੇਬਾਜ਼ ਫਰਜ਼ੀ ਟਰੈਵਲ ਏਜੰਟ ਡੀਐਸ ਸੰਦੂ ਦਵਿੰਦਰ ਸਿੰਘ ਸਿੱਧੂ ਹਰਪ੍ਰੀਤ ਸਿੰਘ ਜਿਸ ਖਿਲਾਫ ਥਾਣਾ ਸਿਟੀ ਪੁਲਿਸ ਸਟੇਸ਼ਨ ਖਰੜ ਅੰਦਰ ਪਹਿਲਾਂ ਤੋਂ ਹੀ ਧੋਖਾ ਟੜੀ ਦਾ ਮੁਕੱਦਮਾ ਦਰਜ ਹੈ ਖਿਲਾਫ ਇੱਕ ਹੋਰ ਠੱਗੀ ਦਾ ਕੇਸ ਧਾਰਾ 406 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਿਤ ਦਰਜ ਕੀਤਾ ਗਿਆ ਹੈ ਕਰੜ ਦੇ ਵਸਨੀਕ ਦਰਖਾਸਤਕਰਤਾ ਸੂਰਤ ਲਾਲ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਜਿਸ ਨੇ ਇਸ ਬਾਰੇ ਆਪਣੇ ਰਿਸ਼ਤੇਦਾਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਜਿਸ ਨੇ ਉਸ ਨੂੰ ਡੀਐਸ ਸੰਦੂ ਨੂੰ ਮਿਲਾਇਆ ਜਿਸ ਨੇ ਉਹਨਾਂ ਦੀ ਲੜਕੀ ਨੂੰ ਕੈਨੇਡਾ ਵਰਕ ਪਰਮਿਟ ਤੇ ਭੇਜਣ ਦੇ ਬਦਲੇ ਉਹਨਾਂ ਕੋਲ 15 ਲੱਖ ਰੁਪਏ ਦੀ ਮੰਗ ਕੀਤੀ ਸੀ ਇਸ ਨਾਲ ਸਹਿਮਤ ਹੁੰਦਿਆਂ ਉਹਨਾਂ ਨੇ ਦਵਿੰਦਰ ਸਿੰਘ ਨੂੰ ਆਪਣੀ ਲੜਕੀ ਦੀ ਫਾਈਲ ਲਗਵਾਉਣ ਲਈ ਪਾਸਪੋਰਟ ਅਤੇ ਹੋਰ ਸਾਰੇ ਦਸਤਾਵੇਜ਼ ਦੇ ਦਿੱਤੇ ਇਸ ਪਿੱਛੋਂ ਮੁਲਜ਼ਮ ਵੱਲੋਂ ਦਰਖਾਸਤਕਰਤਾ ਨੂੰ ਵੱਖ-ਵੱਖ ਥਾਵਾਂ ਤੇ ਵੱਖੋ-ਵੱਖ ਤਾਰੀਖਾਂ ਨੂੰ ਬੁਲਾ ਕੇ ਕੁਝ ਆਨਲਾਈਨ ਪੇਮੈਂਟ ਤੋਂ ਇਲਾਵਾ ਅਤੇ ਕੁਝ ਉਹਨਾਂ ਦੇ ਘਰ ਜਾ ਕੇ ਕੁੱਲ 18,43,700 ਰੁਪਏ ਦੀ ਰਕਮ ਹਾਸਲ ਕਰ ਲਈ। ਇਹ ਰਕਮ ਵਸੂਲਣ ਪਿੱਛੋਂ ਮੁਲਜ਼ਮ ਵੱਲੋਂ ਉਹਨਾਂ ਦੀ ਲੜਕੀ ਦੇ ਲੱਗੇ ਵੀਜ਼ਾ ਦੀ ਕਾਪੀ WhatsApp 'ਪਰਾਹੀਂ ਫੋਨ ਤੇ ਭੇਜ ਦਿੱਤੀ ਗਈ। ਠੱਗਾਂ ਨੇ ਕਿਹਾ ਕਿ ਉਹਨਾਂ ਦੀ ਲੜਕੀ ਨੂੰ 21 ਜਨਵਰੀ 2023 ਨੂੰ ਦਿੱਲੀ 에ਰਪੋਰਟ ਤੋਂ ਕੈਨੇਡਾ ਭੇਜ ਦਿੱਤਾ ਜਾਵੇਗਾ। दिल्ली ਪਹੁੰਚਣ ਤੇ ਪਾਸਪੋਰਟ ਤੇ ਟਿਕਟ ਉਹ ਉਹਨਾਂ ਨੂੰ ਦੇ ਦੇਵੇਗਾ। ਮਲਜ਼ਮ ਦੇ ਕਹਿਣ ਤੇ ਉਹ ਸਾਰੇ ਲੜਕੀ ਸਣੇ ਪਰਿਵਾਰ ਦਿੱਲੀ 에ਰਪੋਰਟ ਪੁੱਜ ਗਏ ਪਰ ਉੱਥੇ ਪੁੱਜ ਕੇ ਉਹ ਉਸ ਦਾ ਇੰਤਜ਼ਾਰ ਕਰਦੇ ਰਹੇ ਜਿਸ ਨੂੰ ਫੋਨ ਕਰਨ ਤੇ ਉਸਨੇ ਉਹਨਾਂ ਦਾ ਫੋਨ ਅਟੈਂਡ ਨਹੀਂ ਕੀਤਾ। ਅਖੀਰ ਉਹ ਸਾਰੇ ਦਿੱਲੀ ਤੋਂ ਵਾਪਸ ਆ ਗਏ ਇੱਥੇ ਆ ਕੇ ਉਹਨਾਂ ਆਪਣੇ ਰਿਸ਼ਤੇਦਾਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ। ਜਿਨਰ ਡੀਐਸ ਸੰਦੂ ਨਾਲ ਗੱਲਬਾਤ ਕੀਤੀ ਜਿਸ ਨੇ ਦਰਖਾਸਤਕਰਤਾ ਨੂੰ ਪਰੋਸਾ ਦਿਵਾਇਆ ਕਿ ਉਹਨਾਂ ਦੀ ਲੜਕੀ ਨੂੰ 28 ਅਪ੍ਰੈਲ 2023 ਦੀ ਫਲਾਈਟ ਰਾਹੀਂ ਕੈਨੇਡਾ ਪਹੁੰਚ ਦੇਵੇਗਾ ਪਰ ਟਿਕਟ ਦਾ ਖਰਚਾ ਉਹਨਾਂ ਨੂੰ ਕਰਨਾ ਪੈਣਾ ਹੈ ਦਰਖਾਸਤਕਰਤਾ ਨੇ ਮਜਬੂਰ ਹੋਇ 1,58,000 ਦੀ ਨਾਨ ਰਿਫੰਡੇਬਲ ਟਿਕਟ ਵੀ ਖਰੀਦ ਲਈ ਜਿਸ ਪਿੱਛੋਂ 28 ਅਪ੍ਰੈਲ 2023 ਨੂੰ ਉਹ ਆਪਣੀ ਲੜਕੀ ਨੂੰ ਨਾਲ ਲੈ ਕੇ ਦਿੱਲੀ 에ਰਪੋਰਟ ਪਹੁੰਚ ਗਿਆ ਪਰ ਅੱਗੇ 에ਰਪੋਰਟ ਜਾ ਕੇ ਪਤਾ ਲੱਗਾ ਕਿ ਉਹਨਾਂ ਦਾ ਵੀਜ਼ਾ ਨਕਲੀ ਹੈ ਇਸਤੇ ਉਹ ਵਾਰ-ਵਾਰ ਮੁਲਜ਼ਮ ਨੂੰ ਫੋਨ ਕਰਦੇ ਰਹੇ ਪਰ ਉਸਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੂੰ ਪਤਾ ਲੱਗਾ ਕਿ ਦਵਿੰਦਰ ਸਿੰਘ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਸਿਟੀ ਖਰੜ ਪੁਲਿਸ ਥਾਣਾ ਵਿਖੇ ਮਕਦਮਾ ਨੰਬਰ 269/2023/406/420/120B ਤੇ 24 ਇਮੀਗ੍ਰੇਸ਼ਨ ਐਕਟ ਅਧੀਨ ਮਿਤੀ 14 ਸਤੰਬਰ 2023 ਨੂੰ ਵੀ ਦਰਜ ਹੋਇਆ ਸੀ। ਉਨ੍ਹਾਂ ਨਾਲ ਹੋਈ ਇਸ ਧੱਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਜਿਸ ਤੇ ਪੁਲਿਸ ਵੱਲੋਂ ਮੁਲਜ਼ਮਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।